ਸਵਾਗਤ ਦੋਸਤੋ, ਨਵੀਂ ਉਡਾਰੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਆਪਦਾ। ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਸ਼ਿਵਾਜੀ ਆਰਨ ਆਪਦਾ ਨੇ ਕਾ ਸਵਾਗਤ ਕਰਦਾ। ਔਰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਬੇਹੱਦ ਜ਼ਰੂਰੀ ਹੈ, ਔਰ ਜ਼ਿੰਦਗੀ ਨੇ ਦੀ ਹਵਾ ਔਰ ਸਾਡੇ ਦਿਲ ਦੇ ਮੁਕਾਮ ਜਲ ਗਏ, ਔਰ ਜ਼ਿੰਦਗੀ 'ਚ ਅੱਗੇ ਵਧਣਾ, ਅੱਗੇ ਸੁਪਨਿਆਂ ਦੀ ਉਡਾਣ ਨੂੰ ਭਰਨਾ, ਇਹ ਸਾਡੇ ਮਨ ਦੀ ਜਿਹੜੀ ਇੱਕ ਇੱਛਾ ਹੁੰਦੀ ਹੈ। ਔਰ ਜਦੋਂ ਇੱਛਾ ਪੂਰੀ ਹੋਣ ਲੱਗਦੀ ਹੈ ਤਾਂ ਸੁਪਨੇ ਇਹੀ ਲੱਗਦਾ ਕਿ ਇੱਕ ਸਾਕਾਰ ਰੂਪ ਲੈ ਰਹੇ ਨੇ। ਔਰ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੁੰਦੀ ਹੈ ਉਦੋਂ ਜਦੋਂ ਸਾਨੂੰ ਪਤਾ ਲੱਗਦਾ ਕਿ ਸਾਡੀ ਪੰਜਾਬ ਦੀਆਂ ਧੀਆਂ ਵੀ ਕਿਸੇ ਚੀਜ਼ ਦੇ ਵਿੱਚ ਪਿੱਛੇ ਨਹੀਂ ਨੇ, ਖਾਸ ਕਰਕੇ ਇਸ ਖੇਤਰ ਦੇ ਵਿੱਚ। ਅੱਜ ਜਿਸ ਸ਼ਖਸੀਅਤ ਨੂੰ ਮੈਂ ਤੁਹਾਡੇ ਨਾਲ ਮਿਲਾਉਣਾ, ਰੂਬਰੂ ਕਰਵਾਉਣਾ, ਉਹ ਗਜ਼ਲ ਗਾਇਕੀ ਨਜ਼ਮਾਂ ਕਾਵਿ ਸੰਗ੍ਰਹਿ ਦੇ ਨਾਲ ਸੰਬੰਧਿਤ ਵਿਧਾ ਦੇ ਵਿੱਚ ਬਹੁਤ ਆਪਣੇ ਆਪ ਦਾ ਇੱਕ ਹੁਨਰ ਜਿਹੜਾ ਰੱਖਦੇ ਨੇ, ਔਰ ਉਸ ਹੁਨਰ ਨੂੰ ਬਹੁਤ ਅੱਗੇ ਤੱਕ ਲੈ ਕੇ ਆ ਰਹੇ ਨੇ। ਔਰ ਦੋਸਤੋ, ਇੱਕ ਗੱਲ ਕਰਨੀ ਇੱਥੇ ਬਹੁਤ ਜ਼ਰੂਰੀ ਬਣਦੀ ਹੈ ਕਿ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਧੀਆਂ ਨੇ, ਅਸੀਂ ਅਕਸਰ ਦੇਖਦੇ ਹਾਂ ਕਿ ਸਾਹਿਤਕ ਪ੍ਰਾਪਤੀਆਂ ਦੇ ਵਿੱਚ ਵੀ ਉਹ ਕਿਸੇ ਤੋਂ ਪਿੱਛੇ ਨਹੀਂ। ਬੜੀ ਖੁਸ਼ੀ ਹੁੰਦੀ ਹੈ, ਬੜਾ ਮਾਣ, ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਗਜ਼ਲ ਨਜ਼ਮ ਇਸ ਵਿਧਾ ਦੇ ਵਿੱਚ ਵੀ ਉਹਨਾਂ ਨੇ ਆਪਣਾ ਹੁਨਰ ਜਿਹੜਾ ਉਹ ਸਮਾਜ ਦੇ ਸਾਹਮਣੇ ਲੈ ਕੇ ਆਉਂਦਾ ਹੈ। ਔਰ ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਜੀ, ਸਾਡੇ ਨਾਲ ਇੱਥੇ ਬੈਠੇ ਹੋਏ ਨੇ ਰਣਜੀਤ ਸਵੀ ਜੀ, ਨਿੱਘਾ ਸਵਾਗਤ ਕਰਦੇ ਹਾਂ ਰਣਜੀਤ ਸਵੀ ਜੀ ਆਪ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਡੀਡੀ ਦੂਰਦਰਸ਼ਨ ਦਾ, ਦੂਰਦਰਸ਼ਨ ਦਾ ਜਿਨ੍ਹਾਂ ਨੇ ਮੈਨੂੰ ਰੂਬਰੂ ਕੀਤਾ ਸਾਰੇ ਦਰਸ਼ਕਾਂ ਦੇ ਜੀ ਜੀ ਸ਼ੁਕਰੀਆ। ਔਰ ਇਸ ਤੋਂ ਪਹਿਲਾਂ ਕਿ ਮੈਂ ਸਵੀ ਜੀ ਨਾਲ ਗੱਲਾਂ ਬਾਤਾਂ ਸ਼ੁਰੂ ਕਰਾਂ, ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਬਹੁਤ ਸਾਰੇ ਕਾਵਿ ਸੰਗ੍ਰਹਿ ਜਿਹੜੇ ਨੇ ਉਹ ਪ੍ਰਕਾਸ਼ਿਤ ਹੋ ਚੁੱਕੇ ਨੇ, ਔਰ ਬਹੁਤ ਸਾਰੀਆਂ ਸਾਹਿਤਕ ਪ੍ਰਾਪਤੀਆਂ ਇਹਨਾਂ ਦੇ ਨਾਮ 'ਤੇ ਨੇ, ਔਰ ਜਲੰਧਰ ਦੂਰਦਰਸ਼ਨ ਦੇ ਨਾਲ ਵੀ ਇਹਨਾਂ ਦੀ ਸਾਂਝ ਬਹੁਤ ਪੁਰਾਣੀ ਹੈ। ਇੱਥੇ ਵੀ ਕਾਫੀ ਸਾਰੇ ਪ੍ਰੋਗਰਾਮ ਕਰ ਚੁੱਕੇ ਨੇ, ਰੇਡੀਓ ਦੇ ਵਿੱਚ ਵੀ ਇਹਨਾਂ ਦੇ ਕਾਫੀ ਪ੍ਰੋਗਰਾਮ ਆ ਚੁੱਕੇ ਨੇ, ਔਰ ਅੱਜ ਸਾਡੇ ਦਰਸ਼ਕਾਂ ਨੂੰ ਅਸੀਂ ਤੁਹਾਡੇ ਬਾਰੇ ਦੱਸਣਾ ਤੋਂ ਇੱਕ ਛੋਟੀ ਜਿਹੀ ਸਟਾਰਟਿੰਗ ਪੁਆਇੰਟ ਲੈਂਦੇ ਹਾਂ, ਬਿਲਕੁਲ ਜਿੱਥੋਂ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਉਸ ਸਟਾਰਟਿੰਗ ਪੁਆਇੰਟ ਤੋਂ। ਪਹਿਲਾਂ ਇੱਕ ਕੋਈ ਗਜ਼ਲ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ, ਉਸ ਤੋਂ ਬਾਅਦ ਮੈਂ ਉੱਧਰ ਆਵਾਂਗਾ। ਹਾਂ ਜ਼ਰੂਰ, ਮੈਂ ਇੱਕ ਖਾਮੋਸ਼ੀ ਸੁਣਾਉਂਗੀ ਆਪਣੀ ਗਜ਼ਲ ਜੋ ਮੈਂ ਰੂਬਰੂ ਕਰ ਰਹੀ ਹਾਂ ਸਾਰਿਆਂ ਦੇ ਸਾਹਮਣੇ। ਹੋਣ ਮੇਰੀ ਦੀ ਖਾਮੋਸ਼ੀ ਨੂੰ ਹਾਰ ਨਾ ਸਮਝੇ, ਹੋਣ ਮੇਰੀ ਦੀ ਖਾਮੋਸ਼ੀ ਨੂੰ ਹਾਰ ਨਾ ਸਮਝੇ, ਪਰਖ ਰਹੀ ਹਾਲਾਤਾਂ ਨੂੰ ਲਾਚਾਰ ਨਾ ਸਮਝੇ। ਹਰ ਬੰਦਾ ਰਾਹਾਂ ਦੇ ਵਿੱਚ ਚੌਕਸ ਹੁੰਦਾ ਹੈ, ਆਪਣੇ ਨੁਕਤੇ ਦੇ ਕੇ ਖੁਦ ਹੁਸ਼ਿਆਰ ਨਾ ਸਮਝੇ। ਔਰ ਖੁੱਲ੍ਹੇ ਡੁੱਲੇ ਦਿਲ ਦੀ ਮਾਲਕ ਹੈ ਸਦਾ ਸਵੀ, ਹਾਲਾਤਾਂ ਅੱਗੇ ਹਾਰੀ ਮੁਟਿਆਰ ਨਾ ਸਮਝੇ। ਕਿਆ ਬਾਤ ਹੈ, ਵਾਹ, ਬੜੀ ਖੂਬਸੂਰਤ ਅਦਾਇਗੀ ਇਹਨਾਂ ਨੇ ਦਿੱਤੀ ਹੈ ਖਾਮੋਸ਼ੀ ਨੂੰ ਲੈ ਕੇ। ਔਰ ਵਾਕਈ ਸਾਡੇ ਦਿਲ ਦੀ ਖਾਮੋਸ਼ੀ ਜਿਹੜੀ ਹੈ ਕਈ ਵਾਰੀ ਨਮੋਸ਼ੀ ਬਣ ਜਾਂਦੀ ਹੈ, ਔਰ ਕਹਿੰਦੇ ਵੀ ਨੇ ਕਿ ਮੂੰਹ ਕੀ ਬਾਤ ਸੁਨੇ ਹਰ ਕੋਈ, ਦਿਲ ਕੇ ਦਰਦ ਕੋ ਜਾਣੇ ਕੌਣ, ਆਵਾਜ਼ੋਂ ਕੇ ਬਾਜ਼ਾਰ ਮੇਂ ਖਾਮੋਸ਼ੀ ਪਹਿਚਾਨੇ ਕੌਣ। ਔਰ ਵਾਕਈ ਇਹ ਜਿਹੜਾ ਬਾਜ਼ਾਰ ਹੈ ਆਵਾਜ਼ਾਂ ਦਾ, ਯਾਨੀ ਕਿ ਹੁਨਰ ਦਾ ਬਾਜ਼ਾਰ, ਔਰ ਇਹਦੇ ਵਿੱਚ ਕਈ ਵਾਰੀ ਅਸੀਂ ਆਪਣੇ ਦਿਲ ਦੀਆਂ ਗੱਲਾਂ ਨੂੰ ਦਿਲ ਤੱਕ ਹੀ ਰੱਖ ਕੇ ਬੈਠ ਜਾਂਦੇ ਹਾਂ, ਦਿਲ ਦੀਆਂ ਗੱਲਾਂ ਬਾਹਰ ਲਿਆ ਕੇ ਆਉਣੀਆਂ, ਟਰਨਿੰਗ ਪੁਆਇੰਟ 'ਤੇ ਵੀ ਆਉਣਾ। ਲੇਕਿਨ ਫਸਟ ਆਫ ਆਲ ਸਟਾਰਟਿੰਗ ਪੁਆਇੰਟ 'ਤੇ ਚੱਲਦੇ ਹਾਂ, ਜ਼ਿੰਦਗੀ ਦੀ ਸ਼ੁਰੂਆਤ ਜਿੱਥੋਂ ਹੁੰਦੀ, ਯਾਨੀ ਸਾਡਾ ਬਚਪਨ। ਬਚਪਨ ਜੀ, ਕਿੱਥੋਂ ਦੇ ਜੰਮਪਲ ਹੋ ਤੁਸੀਂ? ਜੀ ਮੈਂ ਪਟਿਆਲਾ ਦੇ ਜੰਮਪਲ ਹਾਂ। ਅੱਛਾ ਜੀ, ਉੱਥੇ ਮੇਰੀ ਸਟੱਡੀ ਹੋਈ ਹੈ ਅਤੇ ਉਸ ਤੋਂ ਬਾਅਦ ਮੈਰਿਜ ਮੇਰੀ ਮਲੇਰਕੋਟਲਾ ਹੋਈ ਹੈ। ਠੀਕ ਹੈ, ਤੁਸੀਂ ਮੈਰਿਜ ਤੱਕ ਵੀ ਪਹੁੰਚ ਗਏ, ਲੇਕਿਨ ਉਸ ਤੋਂ ਪਹਿਲਾਂ ਇੱਕ ਬਿਲਕੁਲ ਛੋਟਾ ਜਿਹਾ ਅਹਿਮ ਹਿੱਸਾ ਸਾਡਾ ਜ਼ਿੰਦਗੀ ਦਾ ਸਾਡਾ ਰਹਿੰਦਾ ਹੁੰਦਾ, ਸਕੂਲਿੰਗ। ਜੀ ਸਕੂਲਿੰਗ, ਯਾਨੀ ਅਸੀਂ ਸਿੱਖਿਆ, ਮੁੱਢਲੀ ਸਿੱਖਿਆ ਕਿੱਥੇ ਲਈ ਅਤੇ ਕਿੱਥੋਂ ਤੱਕ ਪੜ੍ਹੇ ਹੋ? ਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਸ ਤੋਂ ਬਾਅਦ ਮਤਲਬ ਐਂਟੀਟੀ ਕੀਤੀ ਹੈ, ਅਤੇ ਜਿਹੜੀ ਮੇਰੀ ਸਕੂਲਿੰਗ ਹੈਗੀ ਉਹ ਵੀ ਮਾਡਲ ਟਾਊਨ ਸਕੂਲ ਦੇ ਵਿੱਚ ਪਟਿਆਲੇ ਹੈਗੇ ਆ, ਅਤੇ ਗੌਰਮੈਂਟ ਕਾਲਜ ਹੈਗਾ ਵੁਮਨ ਕਾਲਜ, ਉੱਥੇ ਮੇਰੀ ਸਾਰੀ ਗ੍ਰੈਜੂਏਸ਼ਨ ਹੋਈ ਹੈ ਕੰਪਲੀਟ। ਅੱਛਾ, ਮਤਲਬ ਪਟਿਆਲਾ ਅੱਗੇ ਵੀ ਕਾਫੀ ਚੀਜ਼ਾਂ ਲਈ ਜਿਵੇਂ ਫੇਮਸ ਹੈ, ਅਸੀਂ ਕਹਿੰਦੇ ਹਾਂ ਨਾ ਪਟਿਆਲਾ ਦੇ ਸੂਟ ਹੁੰਦੇ ਨੇ, ਹੈ ਨਾ, ਔਰ ਪਟਿਆਲੇ ਦੀ ਜੁੱਤੀ ਵੀ, ਹੋਰ ਬਹੁਤ ਸਾਰੀਆਂ ਚੀਜ਼ਾਂ, ਹੁਣ ਪਟਿਆਲਾ ਤੁਹਾਡੇ ਕਰਕੇ ਵੀ ਜਿਹੜਾ ਫੇਮਸ ਹੋ ਰਿਹਾ। ਅੱਛਾ, ਹੁਨਰ ਇਹ ਜਿਹੜਾ ਤੁਹਾਡੇ ਅੰਦਰ ਹੈ, ਕਦੋਂ ਆਪਣੇ ਆਪ ਨੂੰ ਲੱਗਾ ਕਿ ਮੇਰੇ ਅੰਦਰ ਇਸ ਚੀਜ਼ ਦਾ ਕੋਈ ਜਿਹੜਾ ਬੀਜ ਅੰਕੁਰਿਤ ਹੋ ਰਿਹਾ, ਕਦੋਂ ਪਤਾ ਲੱਗਾ? ਪਤਾ ਕੁਛ ਇਸ ਤਰ੍ਹਾਂ, ਵੈਸੇ 2008 ਦੇ ਵਿੱਚ ਮੈਂ ਸਟਾਰਟ ਕੀਤਾ। ਵੈਸੇ ਹੈ ਤਾਂ ਸਟਾਰਟਿੰਗ ਮਤਲਬ ਵੀ ਸਕੂਲ ਟਾਈਮ, ਕਾਲਜ ਟਾਈਮ, ਛੋਟਾ ਛੋਟਾ ਲਿਖਦੇ ਰਹਿੰਦੇ ਸੀ, ਕੁਛ ਪੜ੍ਹਦੇ ਰਹਿੰਦੇ ਸੀ, ਕਿਉਂਕਿ ਇੱਕ ਐਕਟੀਵਿਟੀਜ਼ ਕਾਲਜ ਸਕੂਲ ਦੇ ਵਿੱਚ ਹੁੰਦੀਆਂ ਰਹਿੰਦੀਆਂ ਸੀ, ਔਰ ਇਹ ਚੀਜ਼ਾਂ ਬਾਹਰ ਨਿਕਾਲਣ ਵਾਸਤੇ ਆਪਣੇ ਮਤਲਬ ਕੁਛ ਨਾ ਕੁਛ ਮਿਲਦਾ ਰਹਿੰਦਾ ਮੌਕਾ। ਹੁਣ ਇਹ ਮੌਕਾ ਪਹਿਚਾਨ ਕਦੋਂ ਹੋਈ, ਇਹ 2008 ਦੇ ਵਿੱਚ ਮੈਂ ਆਪਣੇ ਤਰੀਕੇ ਨਾਲ ਲਿਖਣਾ ਸ਼ੁਰੂ ਕੀਤਾ। 2008 'ਚ ਤੁਸੀਂ ਉਸ ਵੇਲੇ ਸਟੱਡੀ ਤੋਂ ਬਾਅਦ ਬਸ ਫ੍ਰੀ ਮਤਲਬ ਵੀ ਸੀ, ਮੈਰਿਜ ਨਹੀਂ ਹੋਈ ਸੀ। ਹਾਂਜੀ। ਅੱਛਾ ਜੀ, ਤੇ ਫਿਰ ਕੀ ਉਹਦੇ 'ਚ ਲਿਖਿਆ ਪਹਿਲਾਂ, ਪਹਿਲੀ ਰਚਨਾ ਕਿਹੜੀ ਸੀ? ਮੈਰਿਜ ਤਾਂ ਹੋ ਚੁੱਕੀ ਸੀ। ਅੱਛਾ, ਮੈਰਿਜ ਹੋ ਚੁੱਕੀ। ਹਾਂਜੀ, ਉਸ ਤੋਂ ਬਾਅਦ ਮਤਲਬ ਲਿਖਣਾ 2008 ਸਟਾਰਟ ਕੀਤਾ ਪ੍ਰੋਪਰਲੀ, ਮਤਲਬ ਲਿਖਣਾ ਸ਼ੁਰੂ ਤੋਂ ਹੀ ਕਰਦੀ ਸੀ, ਥੋੜ੍ਹਾ ਥੋੜ੍ਹਾ ਛੋਟਾ ਛੋਟਾ ਲਿਖਣਾ ਵੀ ਆਪਾਂ ਜਿਵੇਂ ਲਿਖਿਆ ਪ੍ਰੋਪਰ ਤਰ੍ਹਾਂ ਦਾ, ਜਿਵੇਂ ਆਪਾਂ ਕਹਿ ਸਕਦੇ ਹਾਂ ਤਾਂ 2008 ਸਟਾਰਟ, ਮਤਲਬ ਜੇ ਮੈਂ ਪ੍ਰੋਪਰਲੀ ਕਵਾਂ ਤਦ। ਅੱਛਾ, ਮਤਲਬ ਤੁਸੀਂ ਮਾਰਕ ਕਰ ਲਿਆ ਮਾਰਕ ਕਰ ਲਿਆ ਕਿ ਮੈਂ ਹੁਣ ਜਿਹੜਾ ਇਸ ਫੀਲਡ 'ਚ ਆਉਣਾ ਤਾਂ ਇਹਦੇ ਵਿੱਚ ਆਉਣਾ ਵੀ 2000। ਐਗਜ਼ੈਕਟਲੀ। ਔਰ ਫਿਰ ਕਿਹੜੀ ਕਿਹੜੀ ਵਿਧਾ 'ਚ ਲਿਖਦੇ ਹੋ ਤੁਸੀਂ? ਜੀ ਮੈਂ ਗੀਤ, ਗਜ਼ਲ, ਕਵਿਤਾਵਾਂ, ਹਰ ਵਿਧਾ ਨੂੰ ਵੈਸੇ ਮੈਂ ਛੂਹਿਆ, ਕੋਸ਼ਿਸ਼ ਕੀਤੀ ਹੈ, ਅਤੇ ਬਾਕੀ ਹੁਣ ਐਟ ਪ੍ਰੈਜੈਂਟ ਜਿਹੜੀ ਚੱਲ ਰਹੀ ਮੇਰੀ ਕਵਿਤਾ ਪ੍ਰੋਪਰਲੀ। ਗੀਤ, ਗਜ਼ਲ, ਕਵਿਤਾਵਾਂ, ਨਜ਼ਮ ਵੀ ਤੁਹਾਡੀ ਅਦਾਇਗੀ ਆਉਂਦੀ ਹੈ, ਔਰ ਜਿਸ ਤਰ੍ਹਾਂ ਇੱਕ ਅੱਜ ਕੱਲ੍ਹ ਬਹੁਤ ਅੱਛਾ ਇੱਕ ਟ੍ਰੈਂਡ ਚੱਲ ਰਿਹਾ ਪਿਛਲੇ ਕੁਛ ਸਮੇਂ ਤੋਂ ਸ਼ੁਰੂ ਹੋ ਚੁੱਕਿਆ ਹੈ, ਹਾਈ
ਕਦੇ 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 ਠੀਕ ਹੈ। ਗਜ਼ਲ ਗਜ਼ਲ ਤੋਂ ਪਹਿਲਾਂ ਮੈਂ ਕਵਿਤਾ ਵੱਲ ਤੁਹਾਡੇ ਕੋਲ ਪੁੱਛਣਾ ਕਿ ਕਵਿਤਾਵਾਂ ਤੁਸੀਂ ਲਿਖਦੇ ਹੋ ਜੀ, ਉਹ ਕਿਹੜੀ ਸ਼ੈਲੀ 'ਚ ਲਿਖਦੇ ਹੋ? ਜਿਸ ਤਰ੍ਹਾਂ ਮੁਕਤ ਸ਼ੈਲੀ 'ਚ ਲਿਖਦੇ ਹੋ ਜਾਂ ਪਦ 'ਚ ਲਿਖਦੇ ਹੋ, ਰਾਈਮ 'ਚ ਲਿਖਦੇ ਹੋ, ਰਿਦਮ ਦੇ ਵਿੱਚ ਹੈ ਕਿ ਰਾਈਮ ਸ਼ੈਲੀ ਵਿੱਚ? ਖੁੱਲ੍ਹੀ ਨਜ਼ਮ ਵੀ ਹੈਗੀ ਹੈ ਅਤੇ ਰਾਈਮ ਵਗੈਰਾ ਇਹਦੇ ਵਿੱਚ ਬਲੀ ਅੱਛੀ ਹੁੰਦੀ ਆ ਜੀ। ਅਤੇ ਜਿਹੜੀ ਗਜ਼ਲ ਹੈ, ਗਜ਼ਲ ਨੂੰ ਆਪਾਂ ਮਤਲਬ ਵੀ ਪ੍ਰੋਪਰਲੀ, ਗਜ਼ਲ ਨੂੰ ਆਪਾਂ ਕਹਿ ਸਕਦੇ ਹਾਂ ਵੀ ਪ੍ਰੋਪਰਲੀ ਵੀ ਹਰ ਵਿਧਾ ਦੇ ਵਿੱਚ ਉਹਦੇ ਰਾਇਮਸ ਹੁੰਦੇ ਆ, ਸਾਰਾ ਕੁਛ ਬੰਧਨ ਹੁੰਦੇ ਆ, ਸਟਾਰਟਿੰਗ ਕਿੱਥੋਂ ਹੋਣੀ ਆ, ਐਂਡ ਹੋਣਾ, ਸਾਰਾ ਕੁਛ ਉਹਦੇ ਵਿੱਚ ਬੰਧਨ ਹੁੰਦਾ ਅਤੇ ਉਸਨੂੰ ਗਾਇਆ ਵੀ ਜਾਂਦਾ ਹੈਗਾ। ਅਤੇ ਗਜ਼ਲ ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ, ਅਤੇ ਜਿਹੜੀ ਕਵਿਤਾ ਉਹਨੂੰ ਰਾਇਮ, ਉਹਨੂੰ ਗਾਇਆ ਵੀ ਜਾ ਸਕਦਾ, ਬਟ ਜਿਹੜੀ ਖੁੱਲ੍ਹੀ ਨਜ਼ਮ ਹੈ ਉਸਨੂੰ ਜਸਟ ਪ੍ਰੈਜੈਂਟ ਕਰ ਸਕਦੇ ਹਾਂ। ਬੜਾ ਅੱਛਾ ਫਰਕ ਤੁਸੀਂ ਇਹਦੇ ਵਿੱਚ ਦੱਸਿਆ, ਔਰ ਥੋੜ੍ਹਾ ਡਿਫਰੈਂਸ ਹੈ, ਹੈ ਕੁਛ ਇਸ ਅੰਦਰ, ਗਜ਼ਲ ਇੱਕ ਡਿਫਰੈਂਟ ਹੈ ਬਸ, ਡਿਫਰੈਂਟ ਹੈ ਜੀ, ਉਸਨੂੰ ਗਾਇਆ ਜਾ ਸਕਦਾ ਅਤੇ ਉਹ ਇੱਕ ਬਹੁਤ ਅੱਛੀ ਚੀਜ਼ ਹੈ ਵੀ ਕੋਈ ਵੀ ਗਾ ਸਕਦਾ ਅਤੇ ਉਹ ਅੱਛਾ ਵੀ ਲੱਗਦਾ ਲੋਕਾਂ ਨੂੰ ਸੁਣਨ ਨੂੰ, ਹੈ ਨਾ? ਹਾਂ, ਕੋਈ ਨਹੀਂ, ਤੁਹਾਡੇ ਕੋਲ ਵੀ ਸੁਣਦੇ ਹਾਂ, ਔਰ ਇਸ ਤੋਂ ਪਹਿਲਾਂ ਮੈਂ ਹੁਣ ਅਗਲੇ ਸਵਾਲ ਵਾਲਾ ਵਾਂ, ਫਿਰ ਇੱਕ ਸੁਣੀ ਲਈਏ ਤੁਹਾਡੇ ਕੋਲੋਂ। ਮੈਂ ਸੁਣਾਉਂਗੀ, ਬਟ ਹਜੇ ਤੱਕ ਤਾਂ ਦੇਖੋ ਮੈਂ ਕਦੇ ਟਰਾਈ ਨਹੀਂ ਕੀਤਾ ਗਾਣ ਦੇ ਵਿੱਚ, ਬਟ ਫਿਰ ਗਾਣਾ ਤੁਹਾਡੇ ਕੋਲ ਬਾਅਦ ਸੁਣਾਂਗੇ, ਪਹਿਲਾਂ ਗਜ਼ਲ ਦੇ ਵਿੱਚ ਕੀ ਸੁਣਾਓਗੇ? ਗਜ਼ਲ 'ਚ ਹਾਂਜੀ ਜ਼ਰੂਰ। ਮਤਲਬ ਇਹਨਾਂ ਨੇ ਇਸ਼ਾਰਾ ਦੇ ਦਿੱਤਾ ਮੈਨੂੰ ਕਿ ਇਹ ਗੀਤ ਵੀ ਗਾ ਲੈਂਦੇ ਨੇ, ਕੋਈ ਗੱਲ ਨਹੀਂ, ਅਸੀਂ ਇੱਧਰ ਵੀ ਆ ਜਾਵਾਂਗੇ। ਗਜ਼ਲ ਗਾਇਕੀ ਦੇ ਤੁਸੀਂ ਦੱਸਿਆ ਨਾ, ਕਿਉਂਕਿ ਸਾਹਿਤਕ ਅੰਗ ਹੈ ਔਰ ਸਾਹਿਤ ਦੇ ਵਿੱਚ ਤੁਹਾਡੀ ਵੀ ਪਕੜ ਅੱਛੀ ਹੈ, ਤੁਸੀਂ ਇਸ ਚੀਜ਼ 'ਚ ਹੋ, ਔਰ ਗਜ਼ਲ ਵੈਸੇ ਤੁਹਾਨੂੰ ਪਤਾ ਹੀ ਹੋਏਗਾ, ਗਜ਼ਲ ਆਪਣੇ ਜਿਹੜਾ ਪੰਜਾਬੀ ਦੇ ਵਿੱਚ ਬਹੁਤ ਬਾਅਦ 'ਚ ਆਈ ਹੈ, ਇਹਦੀ ਸ਼ੁਰੂਆਤ ਉਰਦੂ ਦੇ ਵਿੱਚ ਸੀਗੀ। ਵੈਸੇ ਅਰਬੀ ਭਾਸ਼ਾ ਮਤਲਬ ਉਸ ਅਰਬੀ ਲੋਕਾਂ ਦੇ ਵੱਲੋਂ ਆਈ ਹੈ, ਕਿਉਂਕਿ ਉੱਥੇ ਲੋਕ ਮਤਲਬ ਵੀ ਦੂਰ ਦੂਰ ਕੰਮ ਕਰਦੇ ਸੀ, ਜਾਂਦੇ ਸੀ, ਬਟ ਉਹਨਾਂ ਕੋਲ ਕੋਈ ਸਾਧਨ ਨਹੀਂ ਸੀ ਐਂਟਰਟੇਨਮੈਂਟ ਵਾਲਾ, ਤਾਂ ਜਸਟ ਉਹ ਗਜ਼ਲ ਨੂੰ ਉਹ ਗੁਣਗੁਣਾ ਕੇ ਗਾ ਕੇ ਮਤਲਬ ਪ੍ਰੈਜੈਂਟ ਕਰਦੇ ਸੀ ਤਾਂ ਚੰਗਾ ਲੱਗਦਾ ਸੀ। ਉੱਥੋਂ ਇਹ ਚੀਜ਼ ਆਈ ਹੈ, ਹੌਲੀ ਹੌਲੀ ਇਹ ਸਾਰੇ ਪੰਜਾਬ ਸਾਰੀ ਹਿੰਦੀ ਚਲੇ ਗਈ। ਬਹੁਤ ਖੂਬਸੂਰਤ ਜਵਾਬ ਤੁਹਾਡਾ ਜੀ। ਮੈਂ ਸੁਣਾਉਂਗੀ, ਇੱਕ ਮੂੰਹ ਤੇ ਸਿਫਤਾਂ ਹੈ। ਅੱਛਾ, ਮੂੰਹ ਤੇ ਸਿਫਤਾਂ ਹੈ, ਹਾਂਜੀ, ਕੀ ਕਰਨ ਲੱਗੇ ਜੀ ਸਾਰੇ? ਠੀਕ ਹੈ। ਮੋਤੀ ਜੋ ਵਡਿਆਈ ਸਿਫਤਾਂ ਕਰਦਾ ਹੈ, ਮੋਤੀ ਜੋ ਵਡਿਆਈ ਸਿਫਤਾਂ ਕਰਦਾ ਹੈ, ਪਿੱਠ ਪਿੱਛੇ ਉਹ ਦੁਸ਼ਮਣ ਵਾਂਗੂ ਵਰਦਾ ਹੈ, ਜੋ ਅੱਜ ਕੱਲ੍ਹ ਮਤਲਬ ਕਹਿ ਸਕਦੇ ਹੋ। ਚਾਨਣ ਵਰਗੇ ਤੂੰ ਵੀ ਦੋ ਅਲਫਾਜ਼ ਕਹੀਂ, ਚਾਨਣ ਵਰਗੇ ਤੂੰ ਵੀ ਦੋ ਅਲਫਾਜ਼ ਕਹੀਂ, ਘੋਰ ਹਨੇਰਾ ਚਾਨਣ ਤੋਂ ਹੀ ਡਰਦਾ ਹੈ। ਚੋਰ ਬਜ਼ਾਰੀ ਆਪੋ ਤਾਬੀ ਹਰ ਪਾਸੇ, ਚੋਰ ਬਜ਼ਾਰੀ ਆਪੋ ਤਾਬੀ ਹਰ ਪਾਸੇ, ਕੌਣ ਕਿਸੇ ਲਈ ਯਾਰਾ ਇੱਥੇ ਮਰਦਾ ਹੈ। ਮਨ ਵਿੱਚ ਬੇਈਮਾਨੀ ਅਤੇ ਝੂਠ ਫਰੇਬੀ, ਮਨ ਵਿੱਚ ਬੇਈਮਾਨੀ ਅਤੇ ਝੂਠ ਫਰੇਬੀ, ਭਗਤਾਂ ਵਾਲਾ ਰੂਪ ਬਣਾ ਉਹ ਖੜਦਾ ਹੈ। ਨਦੀਆਂ ਵਰਗੀ ਸੋਚ ਹਮੇਸ਼ਾ ਰੱਖੀ ਤੂੰ, ਨਦੀਆਂ ਵਰਗੀ ਸੋਚ ਹਮੇਸ਼ਾ ਰੱਖੀ ਤੂੰ, ਵਗਦਾ ਪਾਣੀ ਸਭ ਨੂੰ ਚੰਗਾ ਲੱਗਦਾ ਹੈ। ਝੂਠ ਮਕਾਰੀ ਵਾਲੀ ਭੀੜ ਬਾਜ਼ਾਰਾਂ ਵਿੱਚ, ਝੂਠ ਮਕਾਰੀ ਭੀੜ ਬਾਜ਼ਾਰਾਂ ਵਿੱਚ, ਸਵੀ ਹਮੇਸ਼ਾ ਸੱਚ ਹੀ ਸੂਲੀ ਚੜ੍ਹਦਾ ਹੈ। ਮੂੰਹ ਤੇ ਸਿਫਤਾਂ ਜੋ ਵਡਿਆਈਆਂ ਕਰਦਾ ਹੈ, ਪਿੱਠ ਪਿੱਛੇ ਉਹ ਦੁਸ਼ਮਣ ਵਾਂਗੂ ਵਰਦਾ ਹੈ। ਵੈਸੇ ਤੁਹਾਡੀ ਗਜ਼ਲ ਤਾਂ ਬਹੁਤ ਸੋਹਣੀ ਹੈ, ਪਰ ਜ਼ਰੂਰੀ ਨਹੀਂ ਹੈ ਵੀ ਜਿਹੜਾ ਮੂੰਹ ਤੇ ਸਿਫਤਾਂ ਕਰੇ, ਹੈ ਨਾ, ਅਸੀਂ ਹੁਣ ਤੁਹਾਡੀ ਮੂੰਹ ਤੇ ਵੀ ਸਿਫਤ ਕਰਦੇ ਪਏ ਹਾਂ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਿੱਠ ਤੇ ਤੁਹਾਡੀ ਬੁਰਾਈ ਕਰਾਂਗੇ। ਨਹੀਂ 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 ਨਹੀਂ, ਜਸ ਮਜ਼ਾਕ 'ਚ ਲੈ ਕੇ ਜਾ ਰਹੇ ਹਾਂ। ਔਰ ਸਹੀ ਗੱਲ ਹੈ ਕਿ ਝੂਠ ਜਿਹੜਾ ਅਸੀਂ ਦੇਖ ਰਹੇ ਹਾਂ ਅੱਜ ਕੱਲ੍ਹ ਕਈ ਜਗ੍ਹਾ 'ਤੇ ਇਹੀ ਚੱਲਦਾ, ਔਰ ਝੂਠ ਦੇ ਕਦਮਾਂ 'ਤੇ ਚੱਲ ਕੇ ਅਸੀਂ ਆਪਣਾ ਕੱਦ ਵੱਡਾ ਕਰ ਲੈਂਦੇ ਹਾਂ, ਉਹ ਗੱਲ ਆ ਜਾਂਦੀ ਨੇ ਕਿ ਕੁਛ ਲੋਕ ਕਦਮੇ ਮੁਝਸੇ ਬੜੇ ਥੇ ਪਰ ਜਬ ਗੌਰ ਸੇ ਦੇਖਾ ਤੋ ਉਹ ਕਿਸੇ ਔਰ ਕੇ ਪੈਰੋਂ ਪੇ ਖੜੇ ਥੇ। ਜ਼ਿੰਦਗੀ 'ਚ ਚੱਲਦਾ, ਪਰ ਤੁਸੀਂ ਆਪਣੇ ਖੁਦ ਦੇ ਕਦਮਾਂ 'ਤੇ ਪੂਰੀ ਜ਼ਿੰਮੇਦਾਰੀ ਨਾਲ ਚੱਲੇ, ਤੁਹਾਡੇ ਕਾਵਿ ਸੰਗ੍ਰਹਿ ਵੀ ਬਹੁਤ ਸਾਰੇ ਪ੍ਰਕਾਸ਼ਿਤ ਹੋ ਚੁੱਕੇ ਨੇ ਜੀ, ਔਰ ਤੁਹਾਡੀ ਖਾਸ ਕਰਕੇ ਦੂਰਦਰਸ਼ਨ ਨਾਲ ਜਿਹੜੀ ਸਾਂਝ ਹੈ ਕਾਫੀ ਪੁਰਾਣੀ, ਪਹਿਲਾਂ ਤਾਂ ਮੈਨੂੰ ਦੂਰਦਰਸ਼ਨ ਨਾਲ ਸਾਂਝ ਬਾਰੇ ਦੱਸੋ, ਔਰ ਫਿਰ ਤੁਹਾਡੀਆਂ ਕਿਤਾਬਾਂ ਵੱਲ ਆਉਂਦੇ ਹਾਂ ਜੀ। ਇੱਥੇ ਨਵੀਆਂ ਕਲਮਾਂ ਦਾ ਪ੍ਰੋਗਰਾਮ ਹੈਗਾ ਸੀ ਅਤੇ ਉਹਦੇ ਵਿੱਚ ਮੈਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਅਤੇ ਇਸ ਲਈ ਬਾਕੀ ਮੈਂ ਦੂਰਦਰਸ਼ਨ ਦਾ ਵੀ ਧੰਨਵਾਦ ਕਰਦੀ ਹਾਂ। ਅਤੇ ਅੱਛਾ ਲੱਗਦਾ ਕਿ ਇਹਦੇ ਥਰੂ ਮੈਂ ਬਹੁਤ ਜਗ੍ਹਾ 'ਤੇ ਜਾਣ ਪਛਾਣ ਹੋਈ ਹੈ ਮੇਰੀ, ਹੈ ਨਾ। ਔਰ ਸੈਕਿੰਡ ਮੇਰੀ ਰਮਜ਼ਾ ਬੁੱਕ ਆ ਚੁੱਕੀ ਹੈ, ਰਮਜ਼ਾ ਬੁੱਕ ਆ ਚੁੱਕੀ ਹੈ 2017 ਦੇ ਵਿੱਚ, ਅਤੇ ਸੈਕਿੰਡ ਐਡੀਸ਼ਨ ਰਮਜ਼ਾ ਦਾ ਹੀ ਸੈਕਿੰਡ ਐਡੀਸ਼ਨ ਮੇਰਾ ਨੈਕਸਟ ਈਅਰ ਆ ਚੁੱਕਿਆ ਹੈਗਾ 2018 'ਚ। ਤੁਹਾਡਾ ਕਾਫੀ ਕੁਛ ਲਿਖਿਆ ਹੋਇਆ ਸੀ? ਨਹੀਂ ਨਹੀਂ, ਮੇਰਾ ਲਿਖਿਆ ਨਹੀਂ ਹੋਇਆ, ਮੈਂ ਇਸ ਸੰਸਥਾ ਬਾਰੇ ਮੈਂ ਨਾਲ ਅਟੈਚ ਹੈਗੀ ਹਾਂ, ਅਤੇ ਜਿਹਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਬਾਰੇ ਬੱਚਿਆਂ ਨੂੰ ਮਤਲਬ ਸਮਝਾਉਂਦੇ ਹਾਂ ਅਸੀਂ ਵੀ, ਕਿਉਂਕਿ ਅੱਜ ਕੱਲ੍ਹ ਨੈਤਿਕ ਕਦਰਾਂ ਕੀਮਤਾਂ ਹਰ ਪਾਸੇ ਅਲੋਪ ਹੁੰਦੀ ਜਾ ਰਹੀ ਹੈ। ਜਿਹੜੇ ਬੱਚੇ ਹੈ, ਨਵੇਂ ਬੱਚੇ ਹੈਗੇ ਆਪਾਂ ਕਹਿ ਸਕਦੇ ਹਾਂ ਵੀ, ਪੇਰੈਂਟਸ ਕੋਲ ਵੀ ਟਾਈਮ ਨਹੀਂ ਹੈਗਾ ਇੰਨਾ, ਅਤੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਕੁਛ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਚੀਜ਼ ਚੰਗੀ ਹੈ, ਕਿਹੜੀ ਚੀਜ਼ ਬੁਰੀ ਹੈ। ਆਪਾਂ ਜਸਟ ਪੇਰੈਂਟਸ ਕੀ ਕਰਦੇ ਹਾਂ, ਆਪਾਂ ਜਸਟ ਇੱਕ ਮੋਬਾਈਲ ਹੱਥ ਫੜਾ ਦਿੰਦੇ ਹਾਂ ਵੀ ਹਾਂ ਵੀ ਬੱਚਾ ਆਪਣਾ ਕੰਮ ਕਰਦਾ ਰਹੇ, ਅਸੀਂ ਆਪਣਾ ਕੰਮ ਕਰਦੇ ਹਾਂ, ਬਟ ਇਹ ਚੀਜ਼ ਤੁਹਾਨੂੰ ਪਤਾ ਅਲੋਪ ਹੁੰਦੀ ਜਾ ਰਹੀ ਹੈ ਛੋਟੀ ਚੀਜ਼ਾਂ ਜਿਹੜੀਆਂ। ਹਾਂ ਹਾਂਜੀ ਹਾਂਜੀ ਹਾਂ, ਸੋ ਮੋਰਲ ਵੈਲਿਊਜ਼ ਮਤਲਬ ਅੱਜ ਬਹੁਤ ਗਾਇਬ ਹੋ ਚੁੱਕੀ ਹੈ, ਉਸ 'ਤੇ ਅਸੀਂ ਕੰਮ ਕਰ ਰਹੇ ਹਾਂ, ਸੋ ਇਹ ਚੀਜ਼ਾਂ ਨੈਤਿਕ ਕਦਰਾਂ ਕੀਮਤਾਂ ਦੀ ਬਾਅਦ 'ਚ ਦੱਸ। ਬਹੁਤ ਖੂਬਸੂਰਤ ਤੁਸੀਂ ਗੱਲ ਵਸਿਆ ਕਰ ਰਹੇ ਹੋ, ਕਿਉਂਕਿ ਵਾਕਈ ਅਸੀਂ ਜ਼ਿੰਦਗੀ ਦੇ ਵਿੱਚ ਛੋਟੇ ਛੋਟੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਇਗਨੋਰ ਕਰਦੇ ਹਾਂ, ਅਣਛੂਹੇ ਪਹਿਲੂ ਨੇ ਸਾਡੀ ਜ਼ਿੰਦਗੀ 'ਚ, ਲੇਕਿਨ ਸਾਨੂੰ ਬਹੁਤ ਜ਼ਿਆਦਾ ਗਹਿਰਾਈ ਦੇ ਨਾਲ ਛੂਹ ਰਹੇ ਨੇ, ਔਰ ਕਾਫੀਆ ਰਦੀਫ
हाँ जी किसी भी गज़ल दे विच जिहड़ा होना बहुत जरूरी है, गज़ल जी दे विच उहदा वजन होना बहुत जरूरी बहुत है, जरूरी है। इस तों बिना भी की गज़ल गाई या लिखी जा सकती है? नहीं, दसो साडे दर्शकां नूं थोड़ा जिहा बारे। गज़ल वैसे तो देखो हर कोई अपना अपना आजमांदा हैगा ते है ना, मैं भी आजमानी हाँ ते कोशिश भी होंगी है कि गज़ल मैं प्रेजेंटली अच्छी तरह कर सका। बस गज़ल नू ए है कि ये काफिया रदीफ होना बहुत जरूरी है कि इस तो बिना गज़ल गाई नहीं जाती हैगी। जे कितने वर्ड अटक गया तो वह फिर गज़ल कही नहीं जा सकती, आप कह ही नहीं सकते, वो मज़ा भी नहीं आता सुनने के विच ते गाँव की अहमियत बहुत ज़्यादा जी। तो इस चीज़ का मतलब जो रूल एंड रेगुलेशन है गज़ल से वह फॉलो करने भी बहुत जरूरी है, तो उससे जो आप निभाने हैं वधिया तरीके तो गज़ल से माहर हो जाने। क्या बात है सभी जी, तुसी जिस तरह इन्ना खूबसूरत लिखते हो, कभी दिल च नहीं आया कि इन्होंने कोई गीत रिकॉर्ड किया जाए या करवाया कोई? जी हाँ जी हाँ जी हाँ जी, मेरे दो गीत रिकॉर्ड हो चुके हैं। अच्छा हाँ जी जी, मैं दसना चाहती हूँ अपने दर्शकों नूं भी सुरिंदर छिंदा जी जो अपने काफ़ी फेमस सिंगर हैगे है जी, उन्होंने मेरी एक गज़ल नूं अपनी आवाज़ दिती है, तो इसका भी मैं बहुत धन्यवाद कर दी उन्हों का। अच्छा तो एक अपने है जी गुरिंदर गुरी जी, अच्छा जी। वो एक पंजाबी सोंग है, ड्यूट सोंग है, पिंड की कुड़ी दा मतलब शहर का खिडौना कुछ इस तरह का है, तो वो मैंने मतलब वो भी प्रेजेंट हो चुके हैं। क्या बात है जी, वैसे सुरिंदर छिंदा जी की आवाज़ मैं जो तो छोटा जहा हूँ सगा मैं इतने आके सुनिया कोई गीत उन्होंने मैंने बहुत प्यारी लगी सी, और बड़ी माण वाली गल है कि तुसी, और तुसी खुद भी गा लेंगे, तुसी गल दा हिंट भी मैंने दिता सी भी कभी गाने का ट्राई नहीं किया, मतलब हम इस पास आ जाइए तो कोई गज़ल क्यों ना फिर इन्होंने को असी थोड़े गीत दे स्टाइल चलो चलो गा मैं जरूर 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 कोशिश मैं कदे हुण तक प्रेजेंट नहीं किया, अज पहली बार थोड़े सामने और दर्शक दूरदर्शन के वेड़े के मैं गा के शायद दर्शक शायद हो सकता पसंद भी आवे जी। गॉड फरमायो जी। हाँ जी रूहावाला गीत जदो, रूहावाला गीत जदो तेनू मैं सुनावांगी, रूहावाला गीत जदो तेनू मैं सुनावांगी, रब दी सोफेर तेरे दिल च समावांगी, रब दी सोफेर तेरे दिल च समावांगी, मथा चुम जिंदगी दा, मथा चुम जिंदगी दा गले तेनू लावांगी, मथा चुम जिंदगी दा गले तेनू लावांगी, रब दी सोफेर तेरे दिल च समावांगी, रब दी सोफेर तेरे दिल च समावांगी, बैठ दूर किते तेरी, बैठ दूर किते तेरी यादा च खो जावांगी, चन दे पड़ोसियां दर्द सारे मैं भुलावांगी, रूहां वाला गीत दुनिया तो दूर लैके तैनू उड जावांगी, दुनिया तो दूर लैके तैनू उड जावांगी, जन्मा दी प्यास इक पल च मिटावांगी, रूहां वाला गीत मारी जे आवाज़, मारी जे आवाज़ नंगे पैरी भजी आवांगी, मारी जे आवाज़ नंगे पैरी भजी आवांगी, मंग लईया जान यारा एक पल ना लगावांगी, रूहां वाला गीत जदों तेनू मैं सुनावांगी, रब दी सोफेर तेरे दिल च समावांगी, रूहां वाला गीत। बहुत खूब बहुत खूब बहुत खूब थैंक यू जी। आज समा जड़ा ना जिसे तुसी क्या सीखा कि दिल करे कि मैं उड़ा के रह जावां, तेनू इस तरह समा भी उड़दा जा रहा ते समय दे हिसाब नाल सानू भी भजना पैना है, और बहुत खूबसूरत गाया तुसी, गाया करो अच्छी गल है, और कहंदे ने कि प्रैक्टिस मेक्स मैन परफेक्ट, और मैन नहीं मतलब एक लेडी ने परफेक्ट करेगा, और करते रहो इस तरह। गज़ल दे विच तुहाडा इन्ना जिहड़ा प्राप्ति हैगी है
ਜਦੋਂ ਤੁਸੀਂ ਲਿਖਦੇ ਹੋ ਵਿਸ਼ਾ ਵਸਤੂ, ਕਿਉਂਕਿ ਇੱਕ ਕਵੀ ਹੈ ਉਹ ਇੱਕ ਕਵੀ ਹੈ, ਇੱਕ ਲੇਖਕ ਹੈ, ਜ਼ਰੂਰੀ ਨਹੀਂ ਹੈ ਕਿ ਉਹ ਜੋ ਕੁਛ ਲਿਖ ਰਿਹਾ ਹੈ ਉਹਦੀ ਜ਼ਿੰਦਗੀ 'ਤੇ ਟੁੱਕਿਆ ਹੋਵੇ, ਉਹਨੂੰ ਬਹੁਤ ਗਹਿਰਾਈ ਨਾਲ ਆਪਣੇ ਆਪ ਨੂੰ ਉੱਥੇ ਮਹਿਸੂਸ ਕਰਨਾ ਪੈਂਦਾ ਹੈ। ਕਿਵੇਂ ਲਿਖਦੇ ਹੋ? ਬਿਲਕੁਲ ਇਸ ਤਰ੍ਹਾਂ ਹੀ ਹੈ। ਵੈਸੇ ਜ਼ਿਆਦਾਤਰ ਲੋਕ ਵੈਸੇ ਭੁਲੇਖਾ ਪਾਉਂਦੇ ਆ ਕਿ ਲੇਖਕ ਸਿਰਫ ਉਹ ਹੀ ਲਿਖ ਸਕਦਾ ਜੋ ਉਹ ਖੁਦ ਹੰਡਾਉਂਦਾ, ਮਤਲਬ ਵੀ ਉਹਨੂੰ ਦਰਦ ਹੁੰਦਾ, ਤਕਲੀਫ ਹੁੰਦੀ ਹੈ ਜਾਂ ਪਿਆਰ ਮੁਹੱਬਤ 'ਚ ਪੈ ਕੇ ਉਹ ਲਿਖਦਾ। ਐਸਾ ਮੇਰੇ ਖਿਆਲ ਸੇ ਜ਼ਿਆਦਾ ਕੁਛ ਹੈ ਨਹੀਂ, ਕਿਉਂਕਿ ਦੇਖੋ ਇਹ ਆਮਦ ਹੁੰਦੀ ਹੈ, ਪਰਮਾਤਮਾ ਦੀ ਆਮਦ ਹੈ ਵੀ ਪਤਾ ਨਹੀਂ ਕਦੋਂ ਕਿਆ ਕੀ ਕਿਸ ਤਰ੍ਹਾਂ ਦਾ ਕੁਛ ਮਿਲ ਜਾਏ ਆਪਾਂ ਨੂੰ। ਅਤੇ ਜੇ ਅਸੀਂ ਹਰ ਵਿਸ਼ੇ ਨੂੰ ਨਹੀਂ ਛੂਹ ਸਕਦੇ ਫਿਰ ਅਸੀਂ ਲੇਖਕ ਵੀ ਨਹੀਂ ਹੈਗੇ, ਹੈ ਨਾ। ਜੇ ਅਸੀਂ ਪਿਆਰ ਮੁਹੱਬਤ ਦੀ ਗੱਲ ਅਸੀਂ ਸਾਹਮਣੇ ਸਾਹਮਣੇ ਸਾਡੇ ਕੋਈ ਚੱਲ ਰਹੀ ਹੈ ਤਾਂ ਫਿਰ ਅਸੀਂ ਉਸ 'ਤੇ ਵੀ ਲਿਖ ਸਕਦੇ ਹਾਂ, ਜਿਹੜੀ ਆ ਰਾਜਨੀਤੀ 'ਤੇ ਉਸ 'ਤੇ ਵੀ ਲਿਖ ਸਕਦੇ ਹਾਂ। ਕੋਈ ਘੱਟ ਵੱਡ ਹੋ ਰਿਹਾ ਜਾਂ ਕੁਛ ਹੋ ਰਿਹਾ, ਕੋਈ ਪ੍ਰੋਬਲਮਸ ਹੈ, ਧੀਆਂ ਦਾ ਦੁੱਖ ਹੈ, ਇਹ ਆ ਸਾਰਾ ਕੁਛ। ਸਹੀ ਗੱਲ ਹੈ, ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਹਾਂ ਉਹ ਵੀ ਗੱਲ ਠੀਕ ਹੈ, ਦਰਸ਼ਕਾਂ ਦੀ 50% ਕਹਿ ਸਕਦੇ ਹਾਂ ਆਪਾਂ ਵੀ ਹੰਡ ਆਇਆ ਹੁੰਦਾ। ਮੈਂ ਇਹ ਨਹੀਂ ਕਹਿੰਦੀ ਵੀ ਹਰ ਇੱਕ ਹਰ ਕੋਈ ਨਹੀਂ ਹੰਡਾਉਂਦਾ, ਬਟ ਦੇਖੋ ਆਰਟਿਸਟ ਉਸੇ ਨੂੰ ਕਿਹਾ ਜਾਂਦਾ ਜੋ ਹਰ ਉਸਦੇ ਦੂਸਰੇ ਦੇ ਦਰਦ ਦੇ ਵਿੱਚ ਬੈਠ ਕੇ। ਹਾਂ ਮੈਂ ਸਹਿਮਤ ਹਾਂ ਜੀ ਤੁਹਾਡੇ ਇਸ ਗੱਲ ਨਾਲ, ਕਿਉਂਕਿ ਮੇਰਾ ਵੀ ਇਹੀ ਮੰਨਣਾ ਹੈ। ਔਰ ਜ਼ਿੰਦਗੀ ਦੇ ਵਿੱਚ ਸਾਨੂੰ ਜਦੋਂ ਅਸੀਂ ਕਿਸੇ ਦੂਸਰੇ ਦੇ ਦੁੱਖ ਨੂੰ ਮਹਿਸੂਸ ਕਰਦੇ ਹਾਂ ਉਦੋਂ ਹੀ ਇਸ ਚੀਜ਼ ਵੱਲ ਅਸੀਂ ਲੈ ਕੇ ਆ ਰਹੇ ਹਾਂ, ਕਿਉਂਕਿ ਅੱਜ ਕੱਲ੍ਹ ਹਰ ਕੋਈ ਚਿਹਰੇ 'ਤੇ ਚਿਹਰਾ ਲਗਾਈ ਫਿਰਦਾ। ਬਿਲਕੁਲ ਬਿਲਕੁਲ, ਚਿਹਰੇ 'ਤੇ ਚਿਹਰਾ ਮੇਰਾ ਇਸੇ ਕਰਕੇ ਮੈਂ ਗੱਲ ਕਰ ਰਿਹਾ ਕਿਉਂਕਿ ਤੁਸੀਂ ਇਹਦੇ 'ਤੇ ਕੋਈ ਆਪਣਾ ਲਿਖਿਆ ਸੀ ਕੁਛ 17 ਤੋਂ ਨਹੀਂ ਹੈਗੀਆਂ? ਹਾਂਜੀ ਹਾਂਜੀ ਹਾਂਜੀ, ਇਸ ਤਰ੍ਹਾਂ ਕਿ ਦੋ ਚਿਹਰੇ ਲਗਾ ਕੇ ਘੁੰਮਣ ਲੋਕ, ਕੀ ਚੰਗਾ ਬੁਰਾ ਮਨਾਉਂਦੇ ਲੋਕ, ਜਦ ਮਰਜ਼ੀ ਆਣ ਕੇ ਵੇਖ ਲਵੀ ਬੁਰਾ ਨਾ ਕਦੀ ਅਖਵਾਉਂਦੇ ਲੋਕ, ਦੇ ਦੇ ਹੌਸਲੇ ਜੰਮਣ ਧੀਆਂ ਨੂੰ ਫਿਰ ਵੀ ਛੋਟੀ ਸੋਚ ਲੜਾਉਂਦੇ ਲੋਕ, ਘਰ ਦਾ ਪੇਤੀ ਲੰਗਾ ਢਾਵੇ ਸੁਣ ਕੇ ਖੁਸ਼ੀ ਜਤਾਉਂਦੇ ਲੋਕ, ਚੋਰ ਬਾਜ਼ਾਰੀ ਤੇ ਝੂਠੀ ਸਰਦਾਰੀ ਬਿਨ ਸੋਚੇ ਗੱਲ ਅਪਣਾਉਂਦੇ ਲੋਕ, ਤੇ ਦੀਨ ਧਰਮ ਨਾ ਸੁਣਿਆ ਪੱਕਾ ਵਿਸ਼ਵਾਸ ਦੇ ਕੇ ਫਿਰ ਢਾਂਦੇ ਲੋਕ, ਤੇਰੀ ਮੇਰੀ ਕਲਮ 'ਚ ਫਰਕ ਹੈ ਬੜਾ, ਸੋਚ ਤੇਰੀ ਮੇਰੀ ਨੂੰ ਬਦਲਾਉਂਦੇ ਲੋਕ, ਥੱਕ ਹਾਰ ਕੇ ਰੁਕੀ ਨਾ ਕਿਤੇ ਸਵੀ, ਆਪਣੇ ਆਪ ਨੂੰ ਕਹਿੰਦੀ ਆ, ਥੱਕ ਹਾਰ ਕੇ ਰੁਕੀ ਨਾ ਕਿਤੇ ਸਵੀ, ਬੇਸ਼ੱਕ ਜਿੰਨਾ ਮਰਜ਼ੀ ਆਣ ਰੁਕਵਾਉਂਦੇ ਲੋਕ। ਕਿਆ ਬਾਤ ਹੈ, ਬਹੁਤ ਖੂਬ, ਬਹੁਤ ਸੋਹਣਾ ਲਿਖਦੇ ਹੋ। ਸਮਾਂ ਬਹੁਤ ਥੋੜ੍ਹਾ ਰਹਿ ਗਿਆ, ਥੋੜ੍ਹੇ ਜਿਹੇ ਸਮੇਂ 'ਚ ਮੇਰਾ ਦਿਲ ਕਰ ਰਿਹਾ ਕਿ ਤੁਹਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਸੁਣਾ। ਔਰ ਇੱਕ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਜਿਵੇਂ ਮੈਂ ਤੁਹਾਨੂੰ ਪੁੱਛ ਰਿਹਾ ਸੀ ਵਿਸ਼ਾ ਵਸਤੂ ਗੰਭੀਰਤਾ ਨਾਲ ਲਿਖਦੇ ਹੋ, ਕਦੀ ਕੋਈ ਹਾਸੇ 'ਤੇ ਜਾਂ ਕੋਈ ਲਾਈਟ ਮੂਡ 'ਤੇ ਜਾਂ ਕੋਮੇਡੀ 'ਤੇ ਵੀ ਕੁਛ ਲਿਖਿਆ? ਨਹੀਂ ਲਿਖਿਆ ਜ਼ਰੂਰ ਹੈ, ਬਟ ਉਹ ਬਹੁਤ ਥੋੜ੍ਹਾ, ਮਤਲਬ ਪਤੀ ਪਤਨੀ 'ਤੇ ਅਕਸਰ ਵਿਅੰਗ ਹੋ ਜਾਂਦੇ ਨੇ ਇੱਕ ਦੂਸਰੇ ਨਾਲ। ਹਾਂਜੀ, ਬਟ ਉਹ ਬਹੁਤ ਲੰਬੀ ਹੋਏਗੀ, ਆਪਣੇ ਕੋਲ ਸਮਾਂ ਵੀ ਬਹੁਤ ਘੱਟ ਆ ਫਿਰ। ਹਾਂ ਮੈਂ ਵੀ ਇਸ ਤਰ੍ਹਾਂ ਦਾ ਕੁਝ ਸੁਣਿਆ ਸੀ, ਬੜਾ ਅੱਛਾ। ਮੈਂ ਤੁਹਾਨੂੰ ਇੱਕ ਆਪਣੀ ਛੋਟੀ ਜਿਹੀ ਹੈਗੀ, ਮੇਰੀ ਦਿਲ ਦੇ ਬਹੁਤ ਕਰੀਬ ਹੈ, ਮੈਂ ਉਹ ਸੁਣਾਉਂਦੀ ਹਾਂ। ਹੂ ਬਹੂ ਹੈ। ਅੱਛਾ। ਹਾਂਜੀ, ਨਾ ਹੂ ਬਹੂ ਤੈਨੂੰ ਮੈਂ ਲਿਖਿਆ, ਨਾ ਹੂ ਬਹੂ ਤੈਨੂੰ ਮੈਂ ਲਿਖਿਆ, ਨਾ ਲਿਖ ਸਕਦੀ ਹਾਂ, ਤੂੰ ਰੱਬ ਦਾ ਰੂਪ ਸਾਹਮਣੇ ਮੇਰੇ ਬਸ ਤੇਰੀ ਪੂਜਾ ਕਰ ਸਕਦੀ ਹਾਂ, ਤੂੰ ਅਨਮੋਲ ਬੇਅੰਤ ਪਿਆਰਾ, ਤੂੰ ਅਨਮੋਲ ਬੇਅੰਤ ਪਿਆਰਾ, ਮੈਂ ਮਹਿਜ਼ ਕਿਨਾਰਾ ਕੋਈ ਵਿਸ਼ਾਲ ਸਾਗਰ ਤੋਂ, ਜੋ ਆਪਣੇ ਅੰਦਰ ਖੋਰ ਲੈਂਦਾ ਹੈ ਸਭ ਕੁਛ, ਮੈਂ ਤੇਰੇ ਨਾਲ ਵਹਿ ਸਕਦੀ ਹਾਂ ਲਹਿਰ ਹੋ ਸਕਦੀ ਹਾਂ, ਮੈਂ ਤੇਰੇ ਨਾਲ ਵਹਿ ਸਕਦੀ ਹਾਂ ਲਹਿਰ ਹੋ ਸਕਦੀ ਹਾਂ, ਤੇਰੇ ਇੱਕ ਇਸ਼ਾਰੇ ਦੀ ਉਡੀਕ 'ਚ ਨਾ ਮੈਂ ਹੂ ਬਹੂ ਲਿਖਿਆ ਅਤੇ ਨਾ ਲਿਖ ਸਕਦੀ ਹਾਂ। ਕਿਆ ਬਾਤ ਹੈ, ਬਹੁਤ ਖੂਬ ਜੀ। ਸਵੀ ਜੀ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਮੈਂ ਤੁਹਾਡੇ ਕੋਲ ਜਾਣਾ ਚਾਹ ਰਿਹਾ ਕਿ ਤੁਹਾਨੂੰ ਜਿਹੜੇ ਮਾਨ ਸਨਮਾਨ ਮਿਲੇ ਨੇ ਥੋੜ੍ਹਾ ਜਿਹਾ ਮੈਨੂੰ ਉਹਨਾਂ ਬਾਰੇ ਦੱਸ ਦਿਓ, ਔਰ ਐਕਟੀਵਿਟੀਜ਼ ਹੋਰ ਕਿਹੜੀਆਂ ਕਰ ਰਹੇ ਹੋ ਨਾਲ? ਮਾਨ ਸਨਮਾਨ ਜੀ, ਮੈਂ ਮਤਲਬ ਵੀ ਅਲੱਗ ਅਲੱਗ ਜਿਵੇਂ ਬਟਾਲਾ ਸਾਈਡ ਹੈਗੇ ਉੱਧਰਲੀ ਸਾਈਡ ਤੋਂ, ਚੰਡੀਗੜ੍ਹ ਸਾਈਡ ਤੋਂ ਹੈਗੇ ਆ, ਇੱਕ ਭਾਈ ਕਾਨ ਸਿੰਘ ਹੈਗੇ ਉਹਨਾਂ ਦੀ ਨਾਭੇ ਸਾਈਡ ਤੋਂ, ਮੈਂ ਉੱਥੋਂ ਸਨਮਾਨ ਵਗੈਰਾ ਲਿੱਤੇ ਆ ਵੀ ਚਲੋ ਸਾਹਿਤ ਵੱਲੋਂ ਜਿੰਨਾ ਕੁ ਵੀ ਮੈਂ ਕਰ ਸਕਦੀ ਹਾਂ। ਤੁਹਾਡੀਆਂ ਹੋਰ ਕਿਹੜੀਆਂ ਨੇ ਐਕਟੀਵਿਟੀਜ਼? ਬਸ ਇਹ ਹੈ ਕਿ ਮੈਂ ਇੱਕ PPO ਸੰਸਥਾ ਨਾਲ ਜੁੜੀ ਹੋਈ ਹਾਂ ਜਿਹਦੇ ਥਰੂ ਮੈਂ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਨੈਤਿਕ ਸਿੱਖਿਆ ਕਦਰਾਂ ਕੀਮਤਾਂ ਜਿਹੜੀ ਹੈਗੀ ਆ ਨਾ, ਵੀ ਉਹਦੇ ਬਾਰੇ ਦੱਸ ਰਹੀ ਸਭੀ ਜੀ। ਹੁਣ ਸਮਾਂ ਜਿਹੜਾ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਮਾਫੀ ਚਾਹੁੰਦਾ, ਮੈਨੂੰ ਇਸ ਕਰਕੇ ਥੋੜ੍ਹਾ ਜਿਹਾ ਤੁਹਾਨੂੰ ਰੁਕਣਾ ਪੈ ਰਿਹਾ, ਪਰ ਮੈਂ ਚਾਹ ਰਿਹਾ ਕਿ ਜਾਂਦੇ ਜਾਂਦੇ ਵੀ ਤੁਹਾਡੀ ਇੱਕ ਤੁਸੀਂ ਮੁਹੱਬਤ ਇਸ਼ਕ 'ਤੇ ਕੁਝ ਗੱਲ ਸੀਗੀ, ਦੋ ਕੁ ਲਾਈਨਾਂ ਬਸ ਸੁਣਾ ਕੇ ਪ੍ਰੋਵਾਈਡ ਕਰਦੇ ਹਾਂ। ਔਰ ਜ਼ਰੂਰ, ਵੈਸੇ ਸਮਾਂ ਮੈਨੂੰ ਹੁਣ ਇਜਾਜ਼ ਨਹੀਂ ਦੇ ਰਿਹਾ, ਮੈਨੂੰ ਲੱਗਦਾ ਕਿ ਸਾਨੂੰ ਫਿਰ ਕਿਤੇ ਮੌਕਾ ਇਹ ਮਿਲੇਗਾ। ਔਰ ਤੁਸੀਂ ਪਰ ਅੱਜ ਇਸ ਸਟੂਡੀਓ ਦੇ ਵਿੱਚ ਆਏ ਔਰ ਆਪਣਾ ਹੁਨਰ ਜਿਹੜਾ ਸਾਡੇ ਦਰਸ਼ਕਾਂ ਦੇ ਅੱਗੇ ਰੱਖਿਆ, ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਔਰ ਦਰਸ਼ਕੋ, ਫਿਰ ਮਿਲਾਂਗੇ ਨਵੀਂ ਉਡਾਰੀ ਦੇ ਵਿੱਚ ਇੱਕ ਨਵੇਂ ਅੰਕ 'ਚ, ਤਦ ਤੱਕ ਦੇ ਵਿਦਾ। ਸ਼ੁਕਰੀਆ। ਸ਼ੁਕਰੀਆ ਜੀ।